ਇਹ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਐ ਐਨਜੀਟੀ ਨੇ ਪੰਜਾਬ ਸਰਕਾਰ ਨੂੰ 2000 ਕਰੋੜ ਦਾ ਜੁਰਮਾਨਾ ਲਾਇਆ ਵੱਡੀ ਖਬਰ ਬਿਲਕੁਲ ਠੀਕ ਸੁਣਿਆ ਤੁਸੀਂ 2000 ਕਰੋੜ ਦਾ ਜੁਰਮਾਨਾ ਪੰਜਾਬ ਸਰਕਾਰ ਨੂੰ ਐਨਜੀਟੀ ਦੇ ਵੱਲੋਂ ਲਾਇਆ ਗਿਆ ਬਾਰ ਬਾਰ ਹੁਕਮਾਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਔਰ ਵਿਵਸਥਾ ਜਿਹੜੀ ਹੈ ਸੋਲਿਡ ਅਤੇ ਲਿਕੁਇਡ ਵੇਸਟ ਮੈਨੇਜਮੈਂਟ ਦੀ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਗਈ ਸੀ ਜਿਸ ਤੋਂ ਬਾਅਦ ਨਿਰਾਸ਼ ਸ਼ੋਕ ਕੇ ਅੱਜ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਵੱਡਾ ਝਟਕਾ ਦਿੱਤਾ ਗਿਆ ਹੈ 2000 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਵੱਡੀ ਖਬਰ ਹੈ ਇਸ ਵੇਲੇ ਦੀ ਔਰ ਸੋਲਿਡ ਲਿਕੁਇਡ ਵੇਸਟ ਮੈਨੇਜਮੈਂਟ ਨੂੰ ਲੈ ਕੇ ਨਹੀਂ ਸਹੀ ਵਿਵਸਥਾ ਹੋ ਰਹੀ ਸੀ बार-बार ਹੁਕਮ ਦਿੱਤੇ ਜਾ ਰਹੇ ਸਨ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਵੱਡੀ ਖਬਰ ਹੈ ਪੰਜਾਬ ਸਰਕਾਰ ਨੂੰ 2000 ਕਰੋੜ ਦਾ ਜੁਰਮਾਨਾ ਲਾਇਆ ਐ ਐਨਜੀਟੀ ਦੇ ਵੱਲੋਂ ਜੁਰਮਾਨਾ ਲਾਇਆ ਗਿਆ ਐਨਾ ਹੀ ਨਹੀਂ ਤਿੰਨ ਹੋਰ ਤਿੰਨ ਸਟੇਟਸ ਨੇ ਜਿੱਥੇ ਜੁਰਮਾਨਾ ਲੱਗਿਆ Rajasthan ਨੂੰ 3000 ਕਰੋੜ ਦਾ ਜੁਰਮਾਨਾ ਲੱਗਿਆ ਮਹਾਰਾਸ਼ਟਰ ਨੂੰ 12000 ਕਰੋੜ ਦਾ ਜੁਰਮਾਨਾ ਲੱਗਿਆ ਪਰ ਪੰਜਾਬ ਸਰਕਾਰ ਦੇ ਲਈ ਇਹ ਵੱਡਾ ਚਟਕਾ ਹੈ ਕਿਉਂਕਿ ਬੀਤੇ ਦਿਨ ਹੀ ਪੰਜਾਬ ਸਰਕਾਰ ਨੇ ਵਰਲਡ ਬੈਂਕ ਤੋਂ 150 ਮਿਲੀਅਨ ਡਾਲਰ ਦਾ ਕਰਜ਼ਾ ਲਿਆ ਸੀ ਲੋਨ ਲਿਆ ਸੀ ਔਰ ਅੱਜ ਇਹ ਵੱਡਾ ਚਟਕਾ ਕਿ 2000 ਕਰੋੜ ਦਾ ਜੁਰਮਾਨਾ ਐਨਜੀਟੀ ਪੰਜਾਬ ਸਰਕਾਰ ਨੂੰ ਲਗਾ ਦਿੰਦੀ ਹੈ ਤਾਂ ਵੱਡੀ ਖਬਰ ਇਸ ਸੁਵੇਲੇ ਦੀ ਸੋਲਿਡ ਅਤੇ ਲਿਕੁਇਡ ਵੇਸਟ ਮੈਨੇਜਮੈਂਟ ਨੂੰ ਲੈ ਕੇ ਬਾਰ-ਬਾਰ ਹੁਕਮ ਦਿੱਤੇ ਜਾ ਰਹੇ ਸਨ ਸਮੇਂ ਸਰਕਾਰ ਕਾਰਵਾਈ ਨਹੀਂ ਹੋਈ ਨਹੀਂ ਧਿਆਨ ਦਿੱਤਾ ਗਿਆ ਜ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਮਿਲਿਆ ਔਰ 2000 ਕਰੋੜ ਦਾ ਜੁਰਮਾਨਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਲਗਾਇਆ ਗਿਆ ਔਰ ਵੱਡੀ ਖਬਰ ਸੁਹੇਲੇ ਦੀ ਔਰ ਹੁਣ ਇਹ ਸਵਾਲ ਹੈ ਕਿ ਪੰਜਾਬ ਸਰਕਾਰ ਪੈਸਾ ਕਿਸ ਤੋਂ ਵਸੂਲ ਕਰੇਗੀ ਕਿਉਂਕਿ ਜੁਰਮਾਨਾ ਤਾਂ ਪੰਜਾਬ ਸਰਕਾਰ ਹੀ ਭਰੇਗੀ ਪਰ ਪੈਸਾ ਕਿਸ ਤੋਂ ਜਿਹੜਾ ਵਸੂਲ ਕੀਤਾ ਜਾਏਗਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੀਟਿੰਗ ਕਰੇ ਪੰਜਾਬ ਸਰਕਾਰ ਔਰ ਮੀਟਿੰਗ ਦੇ ਵਿੱਚ ਜਿਹੜੀਆਂ ਸੰਬੰਧਿਤ ਏਜੰਸੀਆਂ ਨੇ ਉਹਨਾਂ ਨੂੰ ਬਿਠਾਇਆ ਜਾਏ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੂੰ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਨੂੰ ਬਿਠਾਇਆ ਜਾਏ ਔਰ ਮੀਟਿੰਗ ਕੀਤੀ ਜਾਏ ਤੇ ਜਿਹੜੇ ਵਾਤਾਵਰਣ ਨੂੰ ਲੈ ਕੇ ਸੰਬੰਧਿਤ ਜਿਹੜੀ ਅਥਾਰਟੀ ਹੈ ਉਹਨਾਂ ਤੋਂ ਇਹ ਪੈਸੇ ਵਸੂਲੇ ਜਾਣ ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਆਪਣੇ ਬਿਹਾਫ ਤੇ ਹੀ ਐਨਜੀਟੀ ਨੂੰ ਐਸਾ ਜਿਹੜਾ ਉਹ ਦਵੇਗੀ ਇਹ ਫਾਈਨ ਜਿਹੜਾ ਉਹ ਭਰੇਗੀ 2000 ਕਰੋੜ ਦਾ ਜੁਰਮਾਨਾ ਹੈ ਵੱਡੀ ਖਬਰ ਇਸ ਵੇਲੇ ਦੀ 2000 ਕਰੋੜ ਆਮ ਬੰਦਾ ਇਹ ਜ਼ੀਰੋਆਂ ਜਿਹੜੀਆਂ ਨੇ ਉਹ ਗਿਣਣ ਦੇ ਵਿੱਚ ਇਸ ਵੇਲੇ ਕਨਫਿਊਜ਼ ਹੋ ਰਿਹਾ ਹੋਣਾ ਪਰ ਇੱਕ ਖਬਰ ਬਿਲਕੁਲ ਸਹੀ ਹੈ ਰਾਜਸਥਾਨ ਨੂੰ 3000 ਕਰੋੜ ਮਹਾਰਾਸ਼ਟਰ ਨੂੰ 12000 ਕਰੋੜ ਪੰਜਾਬ ਨੂੰ 2000 ਕਰੋੜ ਦਾ ਜੁਰਮਾਨਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਲਗਾਇਆ ਗਿਆ ਹੈ ਸੋਲਿਡ ਅਤੇ ਲਿਕੁਇਡ ਵੇਸਟ ਮੈਨੇਜਮੈਂਟ ਨੂੰ ਲੈ ਕੇ ਇਹ ਜੁਰਮਾਨਾ ਲਗਾਇਆ ਗਿਆ ਔਰ ਕਿਉਂਕਿ ਬਾਰ-ਬਾਰ ਹੁਕਮ ਦਿੱਤੇ ਗਏ ਸਨ ਪੰਜਾਬ ਸਰਕਾਰ ਨੂੰ ਕਿ ਵਿਵਸਥਾ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਕੀਤੀ ਜਾਏ ਪਰ ਪੰਜਾਬ ਸਰਕਾਰ ਨਜ਼ਰਅੰਦਾਜ਼ ਕਰ ਰਹੀ ਸੀ ਇਹਨਾਂ ਹੁਕਮਾਂ ਨੂੰ ਸਹੀ ਢੰਗ ਦੇ ਨਾਲ ਵਿਵਸਥਾ ਨਹੀਂ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਇਹ ਜੁਰਮਾਨਾ ਅੱਜ ਲਗਾਇਆ ਗਿਆ ਔਰ ਇਹ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਹੈ ਇਸ ਵੇਲੇ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਇਸ ਵੇਲੇ ਪੰਜਾਬ ਸਰਕਾਰ ਮੁਸ਼ਕਲਾ 'ਚ गिर ਗਈ ਹੈ ਕਿਉਂਕਿ 2000 ਕਰੋੜ ਇੱਕ ਵੱਡੀ ਅਮਾਊਂਟ ਹੁੰਦੀ ਹੈ ਔਰ ਵੱਡਾ ਝਟਕਾ ਲੱਗਿਆ ਕਿਉਂਕਿ ਐਨਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 2000 ਕਰੋੜ ਦਾ ਫਾਈਨ ਲਗਾ ਦਿੱਤਾ ਤਾਂ ਵਿਵਸਥਾ ਸਹੀ ਤੰਗ ਦੇ ਨਾਲ ਨਹੀਂ ਕੀਤੀ ਗਈ ਸੀ ਵਾਰ-ਵਾਰ ਹੁਕਮ ਦਿੱਤੇ ਗਏ ਸਨ ਐਨਜੀਟੀ ਦੇ ਵੱਲੋਂ ਕਿ ਜਿਹੜੀ ਸੋਲਿਡ ਅਤੇ ਲਿਕੁਇਡ ਵੇਸਟ ਨੂੰ ਸਹੀ ਤਰੀਕੇ ਦੇ ਨਾਲ ਮੈਨੇਜ ਕਰੋ ਸਹੀ ਤਰੀਕੇ ਦੇ ਨਾਲ ਸਹੀ ਤੰਗ ਦੇ ਨਾਲ ਇਸ ਦੀ ਵਿਵਸਥਾ ਕਰੋ ਪਰ ਨਜ਼ਰਅੰਦਾਜ਼ ਕੀਤਾ ਇਹਨਾਂ ਹੁਕਮਾਂ ਨੂੰ ਜਿਸ ਦਾ ਖਾਮਿਆਜ਼ਾ ਅੱਜ ਸਰਕਾਰ ਨੂੰ ਜਿਹੜਾ ਪੰਜਾਬ ਸਰਕਾਰ ਨੂੰ ਉਹ ਭੁਗਤਣਾ ਪੈਣਾ ਕਿਉਂਕਿ 2000 ਕਰੋੜ ਦਾ ਕਰਜ਼ਾ ਹੈ ਉਹ ਦੇਣਾ ਪਵੇਗਾ ਐਨਜੀਟੀ ਨੂੰ ਵੱਡੀ ਖਬਰ ਇਸ ਵੇਲੇ ਦੀ ਤਾਂ ਤੁਸੀਂ ਪਿੱਛੇ ਜੇ ਸੁਣਿਆ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਰਲਡ ਬੈਂਕ ਤੋਂ 150 ਮਿਲੀਅਨ ਡਾਲਰ ਦਾ ਕਰਜ਼ਾ ਲਿਆ ਸੀ ਵਿੱਤੀ ਹਾਲਤ ਸੁਧਾਰਨ ਦੇ ਲਈ ਇਹ ਕਰਜ਼ਾ ਲਿਆ ਗਿਆ ਸੀ ਔਰ ਇਹ 150 ਮਿਲੀਅਨ ਡਾਲਰ ਜੇਕਰ ਰੁਪਏ ਦੇ ਵਿੱਚ ਕਨਵਰਟ ਕਰੀਏ ਤਾਂ 1195 ਕਰੋੜ ਰੁਪਏ ਤੋਂ ਵੱਧ ਬਣਦੇ ਨੇ ਤਾਂ ਕਰਜ਼ਾ ਲਿਆ ਗਿਆ ਸੀ ਵਰਲਡ ਬੈਂਕ ਤੋਂ ਕਰਜ਼ ਨੂੰ ਲੈ ਕੇ ਵਰਲਡ ਬੈਂਕ ਨੇ ਮਨਜ਼ੂਰੀ ਦਿੱਤੀ ਸੀ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਇਹ ਕਰਜ਼ਾ ਲੈ ਕੇ ਅਮਾਉਂਟ ਲੈ ਕੇ ਪੰਜਾਬ ਦੇ ਵਿੱਚ ਜਿਹੜੇ ਕੰਮ ਨੇ ਉਹ ਤੇਜ਼ੀ ਦੇ ਨਾਲ ਹੋਣਗੇ ਜਿਹੜੇ ਹਾਲਾਤ ਨੇ ਪੰਜਾਬ ਦੇ ਸੁਧਾਰੇ ਜਾਣਗੇ ਪਰ ਹੁਣ ਪੰਜਾਬ ਦੇ ਸਿਰ ਤੇ ਪੰਜਾਬ ਸਰਕਾਰ ਦੇ ਸਿਰ ਤੇ ਇੱਕ ਕਰਜ਼ੇ ਦੀ ਵੱਡੀ ਪੰਡ ਇੱਕ ਬੋਝ ਜ਼ਰੂਰ ਪੈ ਗਿਆ ਕਿਉਂਕਿ 2000 ਕਰੋੜ ਦਾ ਕਰਜ਼ਾ ਜਿਹੜਾ ਪੰਜਾਬ ਸਰਕਾਰ ਨੂੰ ਐਨਜੀਟੀ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਦੇਣਾ ਪਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਲਈ ਇਹ ਵੱਡਾ ਝਟਕਾ ਹੈ ਵੱਡਾ ਅਪਡੇਟ ਇਸ ਵੇਲੇ ਦਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 2000 ਕਰੋੜ ਦਾ ਜਿਹੜਾ ਜੁਰਮਾਨਾ ਹੈ ਉਹ ਪੰਜਾਬ ਸਰਕਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਲਗਾਇਆ ਗਿਆ ਔਰ ਉਹਨ ਇੱਕ ਮੀਟਿੰਗ ਹੋਵੇਗੀ ਸਬੰਧਤ ਏਜੰਸੀਸ ਇਸ ਮੀਟਿੰਗ ਦੇ ਵਿੱਚ ਬੈਠਣਗੀਆਂ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਸਭ ਨੂੰ ਪਿਠਾ ਕੇ ਮੀਟਿੰਗ ਕੀਤੀ ਜਾਏਗੀ ਔਰ ਉਹਨਿਸ ਨੂੰ ਕਿਸ ਤਰ੍ਹਾਂ ਲਿੱਤਾ ਜਾਣਾ ਹੈ ਇਸ ਮਾਮਲੇ ਨੂੰ ਇਸ ਝਟਕੇ ਨੂੰ ਕਿਸ ਤਰ੍ਹਾਂ ਐਕਸੈਪਟ ਕਰੇਗੀ ਪੰਜਾਬ ਸਰਕਾਰੇ ਦੇਖਣਾ ਹੋਵੇਗਾ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸਿਚੇਵਾ ਲਾਚਮਾ ਮੈਂਬਰ ਉਹਨਾਂ ਨੂੰ ਚੁਣਿਆ ਗਿਆ ਸੀ ਉਹ ਕਿਸ ਤਰ੍ਹਾਂ ਲੈਂਦੇ ਨੇ ਇਸ ਅਪਡੇਟ ਨੂੰ ਇਸ ਫੈਸਲੇ ਨੂੰ ਜੋ ਝਟਕਾ ਪੰਜਾਬ ਸਰਕਾਰ ਨੂੰ ਲੱਗਾ ਔਰ ਪੰਜਾਬ ਵੱਲੋਂ ਹੀ ਉਹਨਾਂ ਨੂੰ ਚੁਣਿਆ ਗਿਆ ਸੀ ਰਾਜ ਸਭਾ ਮੈਂਬਰ ਬਲਬੀਰ ਸਿੰਘ ਰਾਜੇਵਾਲ ਵਾਤਾਵਰਣ ਪ੍ਰੇਮੀ ਨੇ ਔਰ ਕਿਉਂਕਿ ਵਿਵਸਥਾ ਸਹੀ ਤਰ੍ਹਾਂ ਨਹੀਂ ਕੀਤੀ ਗਈ ਸੀ ਸੋਲਿਡ ਅਤੇ ਲਿਕੁਇਡ ਵੇਸਟ ਮੈਨੇਜਮੈਂਟ ਇਸ ਕਰਕੇ ਪਾਣੀ ਦੂਸ਼ਿਤ ਹੋ ਰਿਹਾ ਸੀ ਵਾਤਾਵਰਣ ਦੂਸ਼ਿਤ ਹੋ ਰਿਹਾ ਸੀ ਪੰਜਾਬ ਦਾ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ বারবার হুকম ਦਿੱਤੇ ਸਨ ਕਿ ਵਿਵਸਥਾ ਸਹੀ ਢੰਗ ਦੇ ਨਾਲ ਕਰ ਲੋ ਪਰ ਹੁਕਮ ਨਜ਼ਰ ਅੰਦਾਜ਼ ਕੀਤੇ ਗਏ ਜਿਸ ਦਾ ਖਾਮਿਆਜ਼ਾ ਹੁਣ ਪੰਜਾਬ ਸਰਕਾਰ 2000 ਕਰੋੜ ਦਾ ਕਰਜ਼ਾ ਭਰ ਕੇ ਪੁਕਤੇਗੀ